ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਾ ਰਹੇ ਹਾਂ ਜੀ, ਬੋਲਣ ਲੱਗਾ ਭਾਜੀ, ਫਾਸਟ ਟੈਗ ਭੁੱਲ ਗਏ ਸੀ ਵੀਰ ਜੀ। ਅੱਜ ਅਸੀਂ ਜਾ ਰਹੇ ਹਾਂ ਜੀ ਸੁਰ ਸਿੰਘ ਵਾਲਾ। ਇਹ ਪੱਟੀ ਦੇ ਲਾਗੇ ਪੈਂਦਾ ਭਾਜੀ? ਹਾਂਜੀ, ਪੱਟੀ ਤੋਂ ਜਵਾਲ ਤੋਂ ਮਹਾਂਪੁਰਸ਼ਾਂ ਦਾ ਸਥਾਨ, ਬਾਬਾ ਬੇਦੀ ਚੰਦ ਜੀ ਦਾ, ਅਤੇ ਬੜੇ ਪਿਆਰ ਵਾਲੇ ਮਹਾਂਪੁਰਖ, ਬਹੁਤ ਪਿਆਰ ਬਖਸ਼ਿਸ਼ ਕਰਦੇ ਨੇ, ਬਹੁਤ ਅਸੀਸਾਂ ਦਿੰਦੇ ਨੇ ਹਰ ਵਾਰੀ। ਗੁਰਦੁਆਰਾ ਭੰਬਰ ਸਾਹਿਬ ਅਤੇ ਉੱਥੇ ਬਾਬਾ ਗੁਰਬਚਨ ਸਿੰਘ ਜੀ ਦਾ ਇਹ ਸਮਾਗਮ ਹੈ ਸਾਰਾ ਚੱਲ ਰਿਹਾ। ਹਾਂਜੀ, ਬਾਬਾ ਦਇਆ ਸਿੰਘ ਜੀ ਦੇ ਬੇਟੇ, ਅਤੇ ਬੜਾ ਸੋਹਣਾ ਉੱਥੇ ਸਮਾਗਮ ਹੁੰਦਾ ਜੀ, ਬਹੁਤ ਪਿਆਰ ਵਾਲੀ ਸੰਗਤ ਹੈ, ਹਮੇਸ਼ਾ ਚਾਅ ਰਹਿੰਦਾ ਇਸ ਸਥਾਨ 'ਤੇ ਜਾਣ ਦਾ। ਅਤੇ ਉਹ ਜਿਹੜਾ ਉਹ ਪੁਰਾਤਨਤਾ ਜਿਹੜੀ ਸਿੰਘਾਂ ਦੀ ਜਿਹੜਾ ਸਰੂਪ, ਬਿਲਕੁਲ ਜੀ, ਆਪਣਾ ਕੱਦ ਕਾਠ, ਉਹ ਅੱਜ ਵੀ ਉਹ ਰਹਿਣ ਸਹਿਣ ਉੱਥੇ ਇੱਦਾਂ ਲੱਗਦਾ ਵੀ 100 ਸਾਲ 200 ਸਾਲ ਪੁਰਾਣੇ ਪਿੱਛੇ ਚਲ ਗਏ ਆਪਾਂ। ਬਹੁਤ ਖੁਸ਼ੀ ਹੁੰਦੀ ਵੇਖ ਕੇ ਉਹਨਾਂ ਸਿੰਘਾਂ ਨੂੰ, ਬਹੁਤ ਮਾਣ ਮਹਿਸੂਸ ਹੁੰਦਾ। ਹਾਂ, ਜਿੱਥੇ ਉਹ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਨੇ, ਨਾਲ ਕੀਰਤਨ ਦੇ ਬੜੇ ਪ੍ਰੇਮੀ ਨੇ, ਅਤੇ ਉੱਥੇ ਜਾ ਰਹੇ ਹਾਂ ਜੀ ਅੱਜ, ਅਤੇ ਤੁਹਾਨੂੰ ਦਰਸ਼ਨ ਦੇ ਦਾਇਰੇ ਕਰਾਵਾਂਗੇ। ਸਾਡੇ ਨਾਲ ਅੱਜ ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਫੌਜਾਂ, ਇਹ ਗੁਰੂ ਦੀਆਂ ਫੌਜਾਂ ਜੀ, ਅਤੇ ਇਹ ਗੁਰਪ੍ਰੀਤ ਸਿੰਘ ਆ ਜੀ, ਅਮਨਜੋਤ ਸਿੰਘ ਦਾ ਬ੍ਰਦਰ, ਛੋਟਾ ਭਰਾ ਜੀ, ਇਹ ਛੋਟਾ ਵੀਰਾ ਆ, ਉਹ ਵੀ ਆਪਣਾ ਛੋਟਾ ਵੀਰ ਹੈ। ਹਾਂ, ਪਿੱਛੇ ਆਸ਼ੂ ਵੀਰ ਬੈਠਾ, ਆਸ਼ੂ ਦਾ ਪੂਰਾ ਨਾਮ ਕੀ ਹੈ? ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਜੀ, ਪੂਰੇ ਹਥਿਆਰ ਬਾਰ ਤਿਆਰ ਫੌਜਾਂ ਸਾਡੇ ਨਾਲ ਜਾ ਰਹੀਆਂ ਜੀ। ਸਿੰਮੀ ਵੀਰ ਆਪਣਾ, ਅਤੇ ਇਹ ਤਾਂ ਪਤਾ ਹੀ ਹੈ ਸਰ, ਪੁਰਾਣਾ ਹੋ ਗਿਆ। ਵੈਸੇ ਸਿੰਮੀ ਵੀਰ ਵੀ ਬਹੁਤ ਦੇਰ ਸੁਰ ਸਿੰਘ ਰਿਹਾ, ਇਹ ਵੀ ਬੜੀ ਦੇਰ ਸੇਵਾ ਕੀਤੀ, ਕੀਰਤਨ ਸਿੱਖਦਾ ਰਿਹਾ, ਗਤਕੇ ਸਿੱਖਦਾ ਰਿਹਾ ਉੱਥੇ, ਅਤੇ ਲੰਗਰ ਬਣਾਉਣਾ ਨੀ ਸਿੱਖਿਆ ਉੱਥੇ ਮਿਲਿਆ ਭਾਜੀ, ਜੋ ਕੁਛ ਥੋੜਾ ਪਤਾ ਹੈਗਾ। ਕੀ ਬਾਤ, ਕੀ ਬਾਤ ਹੈ, ਮਹਾਂਪੁਰਖਾਂ ਦੀ ਆਸ਼ੀਰਵਾਦ। ਸੋ ਮਹਾਂਪੁਰਖਾਂ ਦੇ ਅਸਥਾਨਾਂ ਦੇ ਵਿੱਚ ਤਾਂ ਬੜੀ ਬਰਕਤ ਮਿਲਦੀ ਹੈ, ਉਹ ਬੜਾ ਗਿਆਨ ਮਿਲਦਾ ਹੈ, ਕਿਉਂਕਿ ਮਹਾਂਪੁਰਖਾਂ ਦੇ ਅਸਥਾਨਾਂ ਤੋਂ ਜਿਹੜੇ ਬੱਚੇ ਨਿਕਲ ਕੇ ਆਉਂਦੇ ਨਾ, ਉਹਨਾਂ ਦੇ ਵਿੱਚ ਨਾ ਸੇਵਾ ਭਾਵਨਾ ਬਹੁਤ ਹੁੰਦੀ ਹੈ, ਪਿਆਰ ਬਹੁਤ ਹੁੰਦਾ, ਅਤੇ ਇਹ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਹੀ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਵੀ ਸੇਵਾ ਭਾਵਨਾ ਜ਼ਰੂਰੀ ਹੈ ਸਭ ਤੋਂ ਜਿਹੜੀ ਉੱਪਰ ਵਾਲੀ ਗੱਲ ਹੈ, ਨਿਮਰਤਾ, ਇਹ ਸਿਰਫ ਮਹਾਂਪੁਰਖਾਂ ਦੇ ਅਸਥਾਨਾਂ ਤੋਂ ਤੁਹਾਨੂੰ ਸਿੱਖਣ ਨੂੰ ਮਿਲ ਸਕਦੀ ਹੈ। ਸੋ ਜਾ ਰਹੇ ਹਾਂ ਜੀ ਅੱਜ, ਅਤੇ ਅੱਜ ਥੋੜ੍ਹਾ ਜਿਹਾ ਰਸ਼ ਹੈ, ਅੱਜ ਉਹ ਕੀ ਕਹਿੰਦੇ ਗਣੇਸ਼ ਜੀ ਦਾ ਅੱਜ ਵਿਸਰਜਨ ਹੈ ਜੀ, ਉਹ ਤਾਂ ਕਰਕੇ ਅੱਜ ਟ੍ਰੈਫਿਕ ਹੈ ਥੋੜ੍ਹਾ ਜਿਹਾ, ਅਤੇ ਬਿਆਸ ਪਹੁੰਚੇ ਉੱਥੇ ਜਿਹੜੇ ਮੰਨਦੇ ਆ ਗਣੇਸ਼ ਜੀ ਨੂੰ, ਹੈ ਨਾ, ਅਤੇ ਉਹ ਅੱਜ ਇੱਥੇ ਉਹਨਾਂ ਦਾ ਜੋ ਵਿਸਰਜਨ ਹੁੰਦਾ ਪਾਣੀ ਦੇ ਵਿੱਚ ਕਰਦੇ ਆ, ਅਤੇ ਅੱਜ ਉਹ ਕਰਨ ਆਏ ਹੋਏ ਨੇ, ਥੋੜ੍ਹਾ ਥੋੜ੍ਹਾ ਰਸ਼ ਮਿਲ ਰਿਹਾ। ਖੈਰ ਪਹੁੰਚ ਜਾਵਾਂਗੇ, ਫਿਰ ਵੀ ਆਪਾਂ ਟਾਈਮ ਸਿਰ ਪਹੁੰਚ ਜਾਵਾਂਗੇ। ਸੰਕੋਚੋ ਮਹਾਰਾਜ, ਬੱਚਿਆਂ ਨੂੰ ਵਲੋਗ ਵਾਲੀ ਬਾਂਹ ਥੱਕ ਗਈ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਡਰਾਈਵਿੰਗ ਅਸੀਂ ਸਵਾਪ ਕਰ ਲਈ ਹੋਈ ਹੈ, ਅਤੇ ਅਮਨਜੋਤ ਭਾਅ ਜੀ ਨੂੰ ਡਰਾਈਵਿੰਗ ਦੇ ਛੱਡੀ ਅਸੀਂ। ਹਾਂਜੀ, ਬੋਰ ਤਾਂ ਨਹੀਂ ਹੋ ਰਹੇ ਖਾਲਸਾ ਜੀ? ਹਾਂਜੀ ਬਾਬਾ ਜੀ, ਬੋਰ ਤਾਂ ਨਹੀਂ ਹੋ ਰਹੇ? ਇੰਜੋਏ ਕਰ ਰਹੇ ਪੂਰਾ? ਕੈਸਾ ਕੰਬੀਨੇਸ਼ਨ ਹੈ ਚਿੱਟੇ ਤੇ ਨੀਲੇ ਦਾ ਅੱਜ, ਕਿੰਨਾ ਪਾਬਨ ਡਿਆ ਗੱਡੀ 'ਚ ਚੱਲੇ ਨਾ, ਅੱਜ ਸੁਰ ਸਿੰਘ ਚੱਲੇ ਹਾਂ ਨਾ, ਅਤੇ ਉਹ ਸੁਰ ਸਿੰਘ ਵਾਲਾ ਮਾਹੌਲ ਅਸੀਂ ਪਹਿਲਾਂ ਜਲੰਧਰ ਨੂੰ ਬਣਾ ਕੇ ਤੁਰੇ ਹਾਂ। ਅਤੇ ਚਲੋ ਜੀ, ਬਾਕੀ ਦੀ ਅਪਡੇਟਾਂ ਤੁਹਾਨੂੰ ਨਾਲ ਨਾਲ ਦਿੰਦੇ ਜਾਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਕੈਸੇ ਖੇਤ ਹੈ ਜੀ, ਬਿਊਟੀਫੁਲ। ਘੋੜੇ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ, ਇਹ ਸੁਰ ਸਿੰਘ ਪਹੁੰਚ ਗਏ ਹਾਂ ਜੀ ਅਸੀਂ।
ਦੇਖੋ ਘੋੜੇ ਘੋੜੇ ਬਿਲਕੁਲ ਜੀ ਬਿਲਕੁਲ ਇੱਥੇ ਕੁੱਤੇ ਵੀ ਘੋੜਿਆਂ ਵਾਂਗੂ ਖੜੇ ਹੁੰਦੇ ਨੇ ਕਿਆ ਬਾਤ ਹੈ ਇੱਥੇ ਸਾਰਾ ਪਿੰਡ ਵਾਹਿਗੁਰੂ ਜੀ ਲਓ ਜੀ ਪਹੁੰਚ ਗਏ ਜੀ ਕਿਆਮਤ ਕਰਤੀ ਗੁਰਦੁਆਰਾ ਭੰਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਿਲਾ ਰਹੇ ਹਾਂ ਜੀ ਸਾਡੇ ਬੜੇ ਪਿਆਰ ਵਾਲੇ ਵੱਡੇ ਵੀਰ ਜੀ ਸੋਢਾ ਸਿੰਘ ਜੀ ਜਿਨ੍ਹਾਂ ਨੇ ਪਹਿਲੀ ਵਾਰੀ ਸਾਨੂੰ ਇਸ ਅਸਥਾਨ ਦੇ ਦਰਸ਼ਨ ਦੀਦਾਰੇ ਕਰਵਾਏ ਅਤੇ ਉਦੋਂ ਤੋਂ ਬਸ ਇਸ ਅਸਥਾਨ ਨਾਲ ਜੁੜੇ ਹੋਏ ਹਾਂ ਮਹਾਂਪੁਰਖਾਂ ਨਾਲ ਜੁੜੇ ਹੋਏ ਹਾਂ ਅਤੇ ਬੜਾ ਹੀ ਭਾਈ ਸਾਹਿਬ ਦਾ ਪਿਆਰ ਵਾਲਾ ਸੁਭਾਅ ਹੈ ਛੋਟੇ ਭਰਾਵਾਂ ਵਾਂਗੂ ਮੈਨੂੰ ਸਨੇਹ ਕਰਦੇ ਨੇ ਅਤੇ ਇੱਥੇ ਸੰਗਤ ਦੇ ਦਰਸ਼ਨ ਦੀਦਾਰੇ ਕਰਾਉਂਦੇ ਨੇ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਾਏ ਨੇ ਬਹੁਤ ਹੀ ਚੰਗਾ ਸੁਭਾਅ ਇੰਨੀ ਸੇਵਾਦਾਰੀ ਮਾਲਕ ਨੇ ਇਹਨਾਂ ਨੂੰ ਘੁੱਟ ਘੁੱਟ ਕੇ ਭਰੀ ਹੋਈ ਹੈ ਅੰਦਰ ਅਤੇ ਨਿਮਰਤਾ ਵੀ ਬੜੀ ਘੁੱਟ ਘੁੱਟ ਭਰੀ ਹੋਈ ਹੈ ਅਤੇ ਮੇਰਾ ਮਨ ਸੀਗਾ ਕਿ ਇਹਨਾਂ ਦੇ ਦਰਸ਼ਨ ਜ਼ਰੂਰ ਕਰਾਈਏ ਅਤੇ ਬੜਾ ਚੰਗਾ ਸੁਭਾਅ ਆਓ ਜੀ ਇੱਧਰ ਆ ਜਾਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਨਾਸਨ ਸੋਏ ਜਿਹੜੀ ਚੀਜ਼ ਤੁਸੀਂ ਵੇਖ ਰਹੇ ਹੋ ਇਹਨੂੰ ਕਹਿੰਦੇ ਆ ਜੀ ਘੜੂਕਾ, ਘੜੂਕਾ ਕਹਿੰਦੇ ਨਾ, ਹਾਂ ਘੜੂਕਾ। ਇਹਨੂੰ ਕੋਲ ਕਰਕੇ ਦਿਖਾਉਂਦੇ ਹਾਂ ਤੁਹਾਨੂੰ, ਇਹ ਸਿਰਫ ਤੁਹਾਨੂੰ ਪਿੰਡਾਂ 'ਚ ਹੀ ਮਿਲੇਗਾ। ਇਹਨੂੰ ਕਹਿੰਦੇ ਘੜੂਕਾ। ਇਹ ਆਪਣਾ ਦੇਸੀ ਇੰਜਨ ਹੀ ਹੁੰਦਾ, ਇਹਨਾਂ ਨੇ ਖੁਦ ਹੀ ਬਣਾਇਆ ਹੁੰਦਾ ਘਰ, ਹੋਮ ਮੇਡ ਜਨਰੇਟਰ ਹੀ ਹੁੰਦਾ ਭਾਜੀ। ਇਹ ਜਨਰੇਟਰ ਤੋਂ ਹੀ ਬਣਾਇਆ ਹੁੰਦਾ। ਦੇਖੋ ਕਿਆ ਤਿਆਰੀ ਹੈ ਜੀ, ਹੈ ਇਹ ਪਿੰਡਾਂ ਵਾਲੇ ਦੇਖੋ ਕਮਾਲ ਕਰ ਦਿੰਦੇ ਕਈ ਵਾਰੀ ਨਾ। ਇਹ ਚੀਜ਼ ਤੁਹਾਨੂੰ ਇੱਥੇ ਮਿਲੇਗੀ ਪਿੰਡਾਂ 'ਚ, ਘੜੂਕਾ ਐਕਸਪੀਰੀਅੰਸ ਕਰਨਾ ਚਾਹੀਦਾ। ਹਾਂ ਐਕਸਪੀਰੀਅੰਸ ਕਰੋ ਜੀ, ਧੰਨਵਾਦ।